ਬਾਈ ਰਾਜਸਥਾਨ ਦੀ ਜ਼ਿਮੀਦਾਰੀ ਦਿਖਾਉਂਦੇ ਹਾਂ ਤੁਹਾਨੂੰ, ਕਿਸ ਤਰ੍ਹਾਂ ਕਿਸਾਨ ਆ ਜਿਹੜੇ ਉਹ ਆਪਣੀ ਜੱਦੋਜਹਿਦ ਕਰਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਕਿਸਾਨ ਦਾ ਡੇਰਾ ਹੈ, ਇਹ ਭਾਈ ਸਾਹਿਬ, ਤੁਹਾਡਾ ਨਾਮ ਕੀ ਹੈ ਜੀ? ਮਲੂਕ ਖਾਨ। ਮਲੂਕ ਖਾਨ, ਬਹੁਤ ਘੈਂਟ ਬੰਦੇ ਨੇ, ਬੜੇ ਨਾਈਸ ਪਰਸਨ ਨੇ। ਅਸੀਂ ਇੱਥੇ ਆਏ ਸੀਗੇ, ਇੱਥੇ ਨਾ ਸਾਡੇ ਮਤਲਬ ਕਿ ਜਾਣ ਪਹਿਚਾਣ ਵਾਲੇ ਉਹ ਅੱਗੇ ਖੇਤਾਂ ਦੇ ਵਿੱਚ ਸੀਗੇ। ਇੱਥੇ ਜਿਵੇਂ ਢਾਣੀਆਂ ਹੁੰਦੀਆਂ ਨੇ, ਢਾਣੀਆਂ ਕੀ ਆ, ਖੇਤਾਂ ਦੇ ਵਿੱਚ ਨਾ ਕੋਈ ਪਹੀ ਨਾ ਕੋਈ ਰਾਸਤਾ, ਅਤੇ ਸਾਨੂੰ ਲੋਕੇਸ਼ਨ ਭੇਜੀ ਸੀ ਉਹਨਾਂ ਨੇ, ਸਾਨੂੰ ਲੋਕੇਸ਼ਨ ਇੱਥੇ ਖੜਾਤਾ। ਅਸੀਂ ਇਹਨਾਂ ਨਾਲ ਗੱਲ ਕਰਵਾਈ, ਫਿਰ ਇਹਨਾਂ ਨੇ ਉਹ ਸਾਨੂੰ ਮਾਰਗਦਰਸ਼ਨ ਕਰਿਆ। ਇਹ ਆਪਣੇ ਟਰੈਕਟਰ ਦੇ ਉੱਤੇ ਬਿਠਾ ਕੇ ਸਾਨੂੰ ਖੇਤਾਂ ਦੇ ਵਿੱਚ ਦੀ ਉਹ ਕਾਫੀ, ਮੇਰੀ ਨਾ ਉਂਗਲ ਜਾਂਦੀ ਹੈ ਜਿੱਥੇ, ਉੱਥੇ ਮੈਂ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਆਹ ਜਗ੍ਹਾ ਦੇ ਉੱਤੇ ਅੱਜ ਇੱਥੇ ਨੀਲੀ ਨੀਲੀ ਉਹ ਮਤਲਬ ਤੰਬੂ ਜਿਹਾ ਲੱਗ ਰਿਹਾ, ਥੋੜ੍ਹਾ ਥੋੜ੍ਹਾ ਚਮਕਦਾ ਹੋਊਗਾ ਜੀ, ਚਮਕਦਾ ਹੋਊਗਾ ਨਾ। ਇਹ ਕਿੱਥੇ ਜੇ ਹੈ? ਆਹ ਜਗ੍ਹਾ ਜੀ 'ਤੇ, ਆਹ ਜਗ੍ਹਾ ਜੀ 'ਤੇ ਇੱਥੇ ਲੈ ਕੇ ਗਏ ਨੇ। ਸੋ ਆਪਾਂ ਹੁਣ ਮੇਨ ਗੱਲ ਕਰਦੇ ਹਾਂ ਇੱਥੇ ਖੇਤੀ ਦੀ। ਖੇਤੀ ਬਾਈ ਇਸ ਬਗੋਲ ਹੈ ਅਤੇ ਨਾਲ ਹੈ ਜਿਹੜਾ ਚਣੇ ਨੇਗੇ, ਅਤੇ ਇਹ ਖੇਤੀ ਕਿਵੇਂ ਹੁੰਦੀ ਹੈ, ਕੀ ਹਿਸਾਬ ਨਾਲ ਹੁੰਦੀ ਹੈ, ਕੀ ਗੱਲਬਾਤ ਆ, ਸਾਰੀ ਆਪਾਂ ਗੱਲ ਕਰਦੇ ਹਾਂ। ਹੋਰ ਸਰ ਕਿਵੇਂ ਹੋ, ਠੀਕ ਹੋ? ਆਹੋ, ਵਧੀਆ ਸਰ। ਅੱਛਾ, ਕੈਸੇ ਜੀਵਨ ਜਾਪਨ ਕੈਸੇ ਚੱਲਦਾ ਹੈ, ਬੜੀ ਜੱਦੋਜਹਿਦ ਹੈ? ਠੀਕ ਚੱਲ ਰਿਹਾ, ਜੋ ਗੁਜ਼ਰ ਰਿਹਾ ਜੋ ਵਾਵਾ। ਅੱਛਾ, ਚਣਾ ਕਿਆ, ਕਹਾਂ ਵੇਚਣਾ ਪੜਤਾ ਹੈ, ਕਿਤਨੇ ਕਿਲੋਮੀਟਰ ਵੇਚ ਕਰਤੇ ਹੈ? ਗਾਓ ਮੇਂ ਬਾਲਾ ਗਾਓ ਮੇਂ ਵੇਚਣਾ ਪੜਤਾ ਹੈ, ਔਰ ਮੋਨਗੜ ਵੇਚਤੇ ਹੈ। ਮੋਨਗੜ ਵੇਚਤੇ, ਮੋਨਗੜ ਜਹਾਂ ਸੇ 50-60 ਕਿਲੋਮੀਟਰ ਹੈ, ਹੈ ਨਾ? ਔਰ ਅਗਰ ਹਮ ਬਾਤ ਕਰੇਂ ਕਿ ਇਸਕੇ ਰੇਟ ਕੀ, ਕਿਆ ਭਾਅ ਵਿਕਤਾ ਹੈ? ਅਬ 5,000-6,000 ਕਾ ਭਾਅ ਹੈ। 5-6,000 ਕਾ ਬਿੱਘਾ, ਮਤਲਬ ਇੱਕ ਬਿੱਘੇ ਮੇ ਸੇ ਕਿਤਨੀ ਨਿਕਲ ਜਾਂਦੀ ਹੈ? ਚਨੇ? ਹਾਂ ਚਨੇ। ਦੋ ਢਾਈ ਤਿੰਨ ਕੁਇੰਟਲ। ਤਿੰਨ। ਔਰ ਇੱਕ ਬਿੱਘਾ ਕਿਤਨੀ ਕਨਾਲ ਕਾ ਹੁੰਦਾ ਹੈ? ਇੱਕ ਬਿੱਘਾ ਤੋਂ ਕਿਤਨੇ, 30x30 ਕਾ। 30x30 ਕਾ, 30 ਫੁੱਟ 30 ਪਾਉਂਡ ਇੱਧਰ। ਅੱਛਾ ਅੱਛਾ, 30 ਪਾਉਂਡ, ਠੀਕ ਹੈ ਠੀਕ ਹੈ, 30 ਪਾਉਂਡ ਕਾ, ਠੀਕ ਹੈ। ਦੋਸਤੋ ਇਹ ਤੁਸੀਂ ਹਿਸਾਬ ਲਾ ਲਿਓ, ਥੋੜ੍ਹਾ ਜਿਹਾ ਦਿਖਾ ਸਕਦੇ ਤੁਹਾਡਾ ਘਰ ਵਗੈਰਾ, ਮਤਲਬ ਇਸ ਤਰ੍ਹਾਂ ਜਿੱਦਾਂ ਜੀਵਨ ਜਾਪਣ ਹੈਗਾ? ਤਾਂ ਆ ਜਾਓ ਦੋਸਤੋ, ਟਰੈਕਟਰ ਖੜ੍ਹੇ ਨੇ, ਮੋਟਰਸਾਈਕਲ ਨੇ, ਬੜੀ ਮਤਲਬ ਕਿ ਵਧੀਆ ਵਿਵਸਥਾ ਕਰੀ ਹੋਈ ਹੈ, ਅਤੇ ਰਹਿਣ ਸਹਿਣ। ਅੱਛਾ, ਪਾਣੀ ਦਾ ਪ੍ਰਬੰਧ ਕੈਸੇ ਹੁੰਦਾ ਹੈ? ਪਾਣੀ ਦੀ ਸਰ ਸਮੱਸਿਆ ਰਹਿਤੀ ਹੈ, ਕਿਉਂਕਿ ਹਮਾਰੇ ਪਾਣੀ ਆਤਾ ਨਹੀਂ, ਨਹਿਰ ਮੇਂ ਛੋੜਤੇ ਨਹੀਂ। ਅੱਛਾ, ਫਿਰ ਇਹ ਫਸਲ ਕੈਸੇ ਪੂਰੀ ਕਰਤੇ ਹੋ? ਲਾਸਟ ਪਾਣੀ ਦਿਆ ਨਹੀਂ ਤਾਂ ਫਸਲ ਕਿਆ ਹੈ ਕਿ ਇੱਕ ਬਿੱਘੇ ਕੇ 4 ਕਾ ਔਰ 5 ਕਾ ਦੇਂਦੇ। ਹਾਂ, ਉਹ ਇੱਕ ਲਾਸਟ ਵਾਲਾ ਪਾਣੀ ਨਹੀਂ ਮਿਲਾ, ਨਹੀਂ ਮਿਲਾ, ਇਸ ਲਈ ਗਿਰ ਗਿਆ ਉਹ, ਕਿਆ ਕਿ ਕਮਜ਼ੋਰ ਹੋ ਗਏ। ਠੀਕ ਹੈ, ਅਬ ਪੀਣੇ ਕਾ ਪਾਣੀ ਆਇਆ ਨਹੀਂ, ਖਾਲੀ ਹੈ। ਖਾਲੀ ਹੈ ਜੀ। ਅੱਛਾ, ਪਾਣੀ ਲਾਣਾ ਪੜਦਾ ਹੈ ਟੈਂਕਰ ਮੇਂ, ਟੈਂਕਰ ਭਰ ਕੇ। ਟੈਂਕਰ ਸੇ ਹੀ, ਮਤਲਬ ਫੁਹਾਰੋਂ ਸੇ ਦੇਤੇ ਹੋ ਪਾਣੀ? ਟੈਂਕਰ ਸੇ ਲਾਕਰ ਫੁਹਾਰੋਂ ਚ ਚਲਾਤੇ ਹੋ? ਟੈਂਕਰ ਸੇ ਪਾਣੀ ਭਰਤੇ ਪੀਣੇ ਕੇ ਲਈ। ਪੀਣੇ ਕੇ ਲਈ? ਫਿਰ ਖੇਤੀ ਕੋ ਕਹਾਂ ਸੇ ਦੇਤੇ ਹੋ? ਖੇਤੀ ਕੋ ਅਬ ਕੁਛ ਨਹੀਂ ਦੇਤੇ, ਬਸ ਬਸ ਖਤਮ ਹੋ ਗਈ। ਓਕੇ, ਜੋ ਕੋ ਸੁੱਕ ਗਏ ਚਨੇ। ਹਾਂ, ਕਟਾਈ ਚੱਲ ਰਹੀ ਹੈ? ਕਟਾਈ ਚੱਲ ਰਹੀ ਹੈ, ਨਹੀਂ ਮਤਲਬ ਕਿ ਅਬ ਜੈਸੇ ਕੋਈ ਕੌਣ ਸੀ ਫਸਲ ਬੀਜੋਗੇ ਅਬ? ਅਬ ਅਬਾਰ ਕੁਛ ਨਹੀਂ, ਚਨਾ ਗੁਬਾਰਾ ਬੀਜेंगे। ਗੁਬਾਰਾ, ਗੁਬਾਰੇ ਕੋ ਪਾਣੀ ਕਹਾਂ ਸੇ ਦੋਗੇ? ਬਾਰਿਸ਼, ਮਤਲਬ ਬਾਰਿਸ਼ ਕੇ ਭਰੋਸੇ, ਭਗਵਾਨ ਕੇ ਭਰੋਸੇ ਆ। ਉਹ ਕਿਆ ਬਾਤ ਹੈ ਦੋਸਤੋ, ਆਹ ਹੁੰਦੀ ਹੈ ਜੱਦੋਜਹਿਦ। ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਯਾਰ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਨੂੰ ਬਹੁਤ ਸਾਰੀਆਂ ਅਹੀਆਂ ਸਹੂਲਤਾਂ ਮਿਲ ਰਹੀਆਂ ਨੇ ਜਿਹਦੀ ਅਸੀਂ ਕਦਰ ਨਹੀਂ ਕਰਦੇ। ਜਿਵੇਂ ਇੱਕ ਅੱਖਾਂ ਵਾਲਾ ਇਨਸਾਨ ਆਪਣੀਆਂ ਅੱਖਾਂ ਦੀ ਕਦੇ ਕਦਰ ਨਹੀਂ ਕਰਦਾ, ਮੋਟਰਸਾਈਕਲ 'ਤੇ ਜਾਂਦਾ ਉਹ ਕਦੇ ਚੱਜ ਨਾਲ ਚਸ਼ਮਾ ਨਹੀਂ ਲਾਉਂਦਾ, ਬਲਕਿ ਅੱਖ ਦੀ ਕੀਮਤ ਕਿੰਨੀ ਹੈ ਇਹ ਬਾਈ ਜੀ ਇੱਕ ਅੰਨੇ ਨੂੰ ਪੁੱਛ ਕੇ ਦੇਖੋ ਜਿਹਨੂੰ ਦੀਨਾ ਨਹੀਂ। ਆਹ ਲਓ ਜੀ, ਇਹ ਇਹਨਾਂ ਦੇ ਟਰੈਕਟਰ ਖੜਾ ਕਰਨ ਦਾ, ਜਿਵੇਂ ਆਪਾਂ ਬਰਾਂਡਾ ਕਹਿ ਦਿੰਦੇ ਹਾਂ, ਇਹ ਹੈ ਉਹੀ ਇਹਨਾਂ। ਆਹ ਤੇਲ ਦੇਖੋ, ਤੇਲ ਪਿਆਗਾ, ਇਹ ਇਹਨਾਂ ਦਾ ਜੀ ਬਰਾਂਡਾ ਹੈ। ਇੱਥੇ ਇਹ ਟਰੈਕਟਰ ਖੜਾ ਕਰਦੇ ਨੇ, ਅਤੇ ਇਹ ਆਪਣਾ ਕਿਆ ਹੈ, ਇਹ ਰਹਿਣੇ ਕੇ ਲਈ ਦੇਖ ਲਿਆ ਅੰਦਰ ਸੇ? ਠੀਕ ਠੀਕ ਹੈ ਜੀ, ਦੇਖੋ ਬਹੁਤ ਅੱਛੇ ਇਨਸਾਨ ਹੈ ਬਾਈ, ਹਰ ਜਗ੍ਹਾ ਇਜਾਜ਼ਤ ਦੇ ਰਹੇ ਹੈ ਜੀ, ਹੈ ਨਾ? ਕੋਈ ਚੱਕਰ ਨਹੀਂ ਹੈ, ਕਹੀਂ ਸੇ ਵੀ ਦੇਖੋ ਆਪ। ਇਹ ਹੈ ਜੀ ਇਨਕਾ ਬੈਡਰੂਮ, ਤੋ ਇਹ ਜਹਾਂ ਪੇ ਰਹਿਤੇ ਹੈ ਆਪ ਦੇਖ ਸਕਤੇ ਹੋ। ਸੋਰੀ, ਮੈਂ ਵੀ ਹਿੰਦੀ ਬੋਲਣ ਲੱਗ ਗਿਆ। ਅਤੇ ਆਹ ਲਓ ਜੀ, ਇਹਨਾਂ ਦਾ ਯਹਾਂ ਪੇ ਕੌਣ ਕੌਣ ਰਹਿਤਾ ਹੈ ਜੀ? ਸਾਰੀ ਪੂਰੀ ਫੈਮਿਲੀ? ਵਾਹਿਗੁਰੂ ਜੀ, ਪਰਿਵਾਰ ਰਹਿਤੇ? ਪੂਰਾ ਪਰਿਵਾਰ ਜੀ ਬਾਈ, ਪੂਰਾ ਪਰਿਵਾਰ ਦੇਖੋ ਇੱਥੇ ਰਹਿੰਦਾ ਹੈ। ਆਪਕੇ ਪਾਸ ਕਿਤਨੇ ਬਿਘੇ ਹੈ? ਹਮਾਰੇ ਪਾਸ? ਹਾਂ, ਹਮਾਰੇ ਪਾਸ ਘਰ ਕੇ ਬਿਘੀ ਤੋ ਹੈ, ਦੋ 25 ਬਿਘਾ ਹੈ ਜ਼ਮੀਨ। 25 ਬਿਘਾ ਘਰ ਕਾ ਹੈ, ਬਾਕੀ ਔਰ ਕਿਸੇ ਕੇ ਲੀਏ ਹੋਏ, ਪਾਤੀ ਪੇ, ਕੋਈ ਦੂਸਰੀ ਪਾਤੀ, ਕੋਈ ਤੀਸਰੀ ਪਾਤੀ ਪੇ। ਹਾਂ ਜੀ, ਮਤਲਬ ਟੋਟਲ ਹਿੱਸੇ ਪੇ? ਹਾਂ, ਹਿੱਸੇ ਪੇ। ਟੋਟਲ ਕਿਤਨੇ ਹੋ ਗਏ?
ਟਰੈਕਟਰ ਨੇ, ਬਲੈਰੋ ਪਿਕਅਪ ਹੈ, ਛੋਟੀਆਂ ਗੱਡੀਆਂ ਦਾ ਤਾਂ ਇੱਥੇ ਕੋਈ ਕੰਮ ਨਹੀਂ। ਸਾਡੀ ਗੱਡੀ ਉੱਥੇ ਖੜ ਗਈ ਸੀ, ਕਹਿੰਦੇ ਬਈ ਇਹ ਤੋਂ ਜਾਏਗੀ ਨਹੀਂ। ਆਹ ਦੇਖੋ ਜੀ ਬੱਕਰੀ, ਇਹ ਬੱਕਰੀ ਵੇਚਣੇ ਕੇ ਲਈ ਜਾਂ ਆਪਣੇ ਕੇ ਲਈ? ਰੱਖਣੇ ਕੇ ਲਈ। ਅੱਛਾ, ਬੱਕਰੀ ਵਗੈਰਾ ਮਤਲਬ ਈਦ ਪੇ ਬਣਾਤੇ ਹੋ, ਖਾਤੇ ਹੋ? ਵੈਸੇ ਵੀ ਬੱਕਰੀ ਕੀ ਖਾਤੇ ਹੋਗੇ? ਉਹ ਆਪਣਾ ਗੋਸ਼ਤ ਵਗੈਰਾ। ਠੀਕ ਹੈ ਜੀ। ਆਹ ਦੇਖੋ ਦੋਸਤੋ, ਬੱਕਰੀਆਂ ਬੁੱਕਰੀਆਂ ਰੱਖ ਰਹੀਆਂ ਨੇ। ਅੱਛਾ, ਸ਼ਹਿਰ ਯਹਾਂ ਸੇ ਕਿਤਨੀ ਦੂਰ ਹੈ ਸ਼ਹਿਰ? ਸ਼ਹਿਰ ਤੋਂ ਯਹਾਂ ਸੇ ਮੋਹਨਗੜ੍ਹ 75 ਕਿਲੋਮੀਟਰ। 75 ਕਿਲੋਮੀਟਰ ਔਰ ਨਾਤਨਾ ਪੜ ਜਾਤਾ ਹੈ 60-65 ਕਿਲੋਮੀਟਰ। ਉਹ ਇੱਕ ਹੀ ਬਾਤ ਹੈ, ਕਿਧਰ ਵੀ ਚਲੇ ਜਾਓ। ਤੋ ਫਿਰ ਸ਼ਹਿਰ ਮਤਲਬ ਕਬ ਜਾਤੇ ਹੋ, ਕੋਈ ਸ਼ਹਿਰ ਜਾਣੇ ਕਾ ਕੋਈ ਹੈ? ਕੋਈ ਗਾੜੀ ਲੈ ਜਾਤੇ ਖੁਦ ਕੀ ਬਸ। ਖਾਣਾ ਪੀਣਾ ਯਹਾਂ ਪੇ ਕਿਆ ਕਰਤੇ ਹੋ ਆਪ? ਸਮਾਨ ਲੈ ਆਤੇ ਹੋ? ਮਤਲਬ ਮਹੀਨੇ ਮੇਂ ਇੱਕ ਆਧੇ ਵਾਰ ਸਮਾਨ ਆ ਜਾਏ? 15 ਦਿਨ ਮੇਂ 7 ਦਿਨ ਮੇਂ ਜਾਏਂਗੇ, ਤਬ ਇਕੱਠਾ ਸਾਥ ਮਿਲਾਉਂਗਾ। ਸਾਥ ਮਿਲਾਓਗੇ। ਅੱਛਾ, ਜੈਸੇ ਆਪ ਯਹਾਂ ਪੇ ਰਹਿਤੇ ਹੋ, ਜੈਸੇ ਹਮ ਬੋਲਤੇ ਹੈ ਕਿ ਸ਼ਹਿਰ ਸੇ ਯੇ ਲਿਆ ਕੇ ਖਾ ਲੇ, ਯੇ ਪੀ ਲੇ, ਮਤਲਬ ਉਹ ਚੀਜ਼ ਹੈ ਜਾਂ ਸਿੰਪਲ ਖਾਣਾ ਹੀ ਹੈ? ਸਿੰਪਲ। ਰੋਟੀ ਰੋਟੀ ਸਬਜ਼ੀ ਸਬਜ਼ੀ ਦਾਲ ਸਬਜ਼ੀ ਤਾਂ ਯਹੀ ਉਗਾ ਲੈਤੇ ਹੋ ਕਿ ਜੇ ਨਹੀਂ ਹੁੰਦੀ ਹੈ? ਸਬਜ਼ੀ ਤਾਂ ਮਤਲਬ ਪਾਣੀ ਮੇਂ ਹੋ ਜਾਂਦੀ ਹੈ, ਅਬ ਪਾਣੀ ਨਹੀਂ, ਮਤਲਬ ਸਬਜ਼ੀ ਦਾਲ ਹੀ ਚਲਤੀ ਹੈ ਬਸ। ਬਾਕੀ ਸ਼ਾਸ਼ ਸ਼ੂਸ਼ ਨਿਕਾਲ ਲੈਤੇ ਹੋ ਇਸਕੀ, ਭੇੜ ਕੀ, ਵੋ ਗਾਏ ਕੀ ਦੂਧ ਕੀ? ਹਾਂ, ਗਾਏ ਕੀ ਦੂਧ ਕੀ ਸ਼ਾਸ਼ ਵਗੈਰਾ। ਦੋਸਤੋ, ਇਹ ਆਪਣਾ ਪੁਰਾਣਾ ਪੰਜਾਬ ਜੇ ਆਪਾਂ ਗੱਲ ਕਰੀਏ, ਉਹ ਇੱਥੇ ਜੀਰੇ ਨੇ। ਕਿਉਂ ਜੀ? ਕਾਫੀ ਪੁਰਾਣਾ ਸਮਾਂ ਜੀਰੇ ਹੋਏ ਆਪ ਯਹਾਂ ਸੇ। ਆਪਾਂ ਆਧੁਨਿਕ ਸਮੇਂ 'ਚ ਚਲੇ ਗਏ ਦੋਸਤੋ। ਇੱਥੇ ਜਿਹੜਾ ਖਾਣਾ ਪੀਣਾ ਇਹਨਾਂ ਦਾ ਜੀਵਨ ਜਾਪਣਾ ਪੁਰਾਣੇ ਤਰੀਕਿਆਂ ਦੇ ਨਾਲ ਹੀ ਹੁੰਦਾ। ਇਹ ਪਾਣੀ ਟੈਂਕਰਾਂ ਦੇ ਨਾਲ ਲਿਆ ਲੈ ਕੇ ਇਹਦੇ 'ਚ ਭਰ ਲੈਂਦੇ ਨੇ, ਅਤੇ ਉਸ ਤੋਂ ਬਾਅਦ ਫਿਰ ਪਾਣੀ ਆ ਜਿਹੜਾ ਉਹ ਮਤਲਬ ਕਿ ਉਹ ਕਰਦੇ ਨੇ, ਇਹ ਹੌਲੀ ਹੌਲੀ ਯੂਜ਼ ਕਰਦੇ ਨੇ। ਦੋਸਤੋ, ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਯਾਰ ਪਾਣੀ ਦੀ ਕਦਰ ਕਰਿਆ ਕਰੋ, ਹੈ ਨਾ, ਅਤੇ ਮਿੱਟੀ ਦੀ ਕਦਰ ਕਰਿਆ ਕਰੋ, ਖਾਸ ਕਰਕੇ ਨਾ ਜਿਹੜੀ ਆਪਣੀ ਮਿੱਟੀ ਹੈ ਉਹਦੀ ਕਦਰ ਕਰਿਆ ਕਰੋ ਯਾਰ। ਪਰਮਾਤਮਾ ਨੇ ਨਾ ਆਪਾਂ ਨੂੰ ਸੱਚੀ ਸੌਣ ਲੱਗੇ, ਪਰਮਾਤਮਾ ਨੇ ਆਪਾਂ ਨੂੰ ਬਹੁਤ ਵੱਡਾ ਵਰ ਦਿੱਤਾ ਹੈ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਇੰਨੀ ਤਾਕਤ ਦਿੱਤੀ ਕਿ ਉਹਨਾਂ ਨੇ ਜਿਹੜੇ ਟਿੱਬੇ ਸੀ ਉਹ ਚੱਕ ਚੱਕ ਕੇ ਸਾਰੀ ਫਸਲ ਹੈ ਜਿਹੜੀ ਉੱਥੇ ਸਾਰੀ ਜ਼ਮੀਨ ਆ ਉਹ ਖੇਤੀਯੋਗੀ ਕਰੀ। ਸਾਡੇ ਬਜ਼ੁਰਗ ਐਡੇ ਤਾਕੜੇ ਸਾਨੂੰ ਮਿਲੇ, ਉਹ ਸਾਨੂੰ ਖੇਤੀਯੋਗੀ ਕਰਕੇ ਗਏ ਨੇ, ਅਤੇ ਅਸੀਂ ਬਾਈ ਜੀ ਨਾ ਤਾਂ ਮਿੱਟੀ ਨੂੰ ਛੱਡਿਆ, ਹੈ ਨਾ, ਖਾਣ ਪੀਣ ਮਤਲਬ ਕਿ ਉਗਾਉਣ ਦੇ ਲਾਇਕ, ਨਾ ਹੀ ਅਸੀਂ ਪਾਣੀ ਨੂੰ ਛੱਡ ਰਹੇ ਹਾਂ। ਸੋ ਮੈਂ ਕਹਿਣਾ ਯਾਰ ਵੀ ਆਪਣੇ ਬਜ਼ੁਰਗ ਲਾਲਾ ਉਹ ਵੀ ਸਾਨੂੰ ਇੱਕ ਵਿਰਾਸਤ 'ਚ ਮਿਲੇ ਨੇ, ਅਤੇ ਸਾਨੂੰ ਧਰਤੀ ਵੀ ਵਿਰਾਸਤ 'ਚ ਮਿਲੀ ਹੈ। ਸਾਡੀ ਜਿਹੜੀ ਧਰਤੀ ਉਗਾਊ ਸੀ ਉਹ ਤਾਂ ਠੀਕ ਹੈ, ਜਿਹੜੀ ਨਹੀਂ ਉਗਾਊ ਸੀ ਉਹ ਸਾਡੇ ਬਜ਼ੁਰਗਾਂ ਨੇ ਕਰਤੀ। ਯਾਰ ਧਰਤੀ ਦਾ ਅਤੇ ਪਾਣੀ ਦਾ ਨਾ ਪੂਰਾ ਕਦਰ ਕਰਿਆ ਕਰੋ ਬਾਈ। ਆਹ ਦੇਖ ਲਓ, ਮੈਂ ਜਦੋਂ ਜਹਿਦ ਦਿਖਾ ਰਿਹਾ, ਇੱਕ ਵੀਡੀਓ ਹੋਰ ਬਣਾਈ ਹੈ, ਸ਼ਾਇਦ ਪਹਿਲਾਂ ਮੈਂ ਇਹ ਪਾਤੀ, ਪਤਾ ਨਹੀਂ ਉਹ ਪਾਤੀ ਜਾਂ ਨਹੀਂ ਮੈਂ ਪਾਊਂਗਾ ਨਾ। ਜਦੋਂ ਜਹਿਦ ਮੈਂ ਦਿਖਾ ਰਿਹਾ ਰਾਜਸਥਾਨ ਦੇ ਬਾਈ ਟਿੱਬਿਆਂ ਦੇ ਵਿੱਚ ਹੈ, ਲੋਕੇਸ਼ਨ ਨੇ ਲਿਆ ਕੇ ਇੱਥੇ ਛੱਡਤਾ ਸੀ ਬਾਈ ਜੀ, ਇੱਥੇ ਆ ਕੇ ਖੜ ਗਈ, ਕਹਿੰਦੀ ਇੱਧਰ ਜਾਓ ਤੁਰ ਕੇ। ਹੁਣ ਤੁਰ ਕੇ ਉਹ ਐਡੀ ਦੂਰ ਜਾਣਾ ਪੈਂਦਾ ਬਾਈ ਜੀ, ਕੋਈ ਰਾਹ ਨਹੀਂ ਹੈਗਾ। ਹਾਲਾਂਕਿ ਘਰ ਨੇ ਢਾਣੀਆਂ ਨੇ, ਉਹ ਢਾਣੀਆਂ ਅੱਗੇ ਹੋਰ ਢਾਣੀਆਂ ਨੇ, 3-4 ਤੁਰ ਕੇ ਜਾਣਾ ਪਊਗਾ। ਟਰੈਕਟਰ ਤਾਂ ਚਲਿਆ ਜਾਊ ਬਾਈ ਜੀ, ਮੋਟਰਸਾਈਕਲ ਜਾਂ ਕਾਰ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਜਾਣ ਦਾ। ਸੋ ਬਾਈ ਜੀ, ਆਪਾਂ ਤਾਂ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸੋ ਜਿਹੜੀ ਜ਼ਿੰਦਗੀ ਮਿਲੀ ਉਹਦੀ ਕਦਰ ਕਰਿਆ ਕਰੋ ਬਾਈ ਜੀ, ਮਿੱਟੀ ਦੀ, ਪਾਣੀ ਦੀ ਕਦਰ ਕਰਿਆ ਕਰੋ। ਅਤੇ ਆਹ ਦੇਖ ਲਓ ਕਿੱਦਾਂ ਜੱਦੋ ਜਹਿਦ ਕਰ ਰਹੇ ਨੇ, ਇੱਥੋਂ ਦੇ ਕਿਸਾਨ ਲਾ ਲਾ, ਇੱਥੋਂ ਦਾ ਜੀਵਨ ਜਾਪ ਲਾ ਲਓ। ਤਾਂ ਦੋਸਤੋ, ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ ਜੀ, ਓਕੇ ਜੀ।